ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੋਪ ਕਰਦਾ ਜਿੱਥੇ ਵੀ ਹੋਵਗੇ ਰਾਜੀ ਖੁਸ਼ੀ ਹੋਵਗੇ ਗੱਲ ਕਰਦੇ ਆਪਾਂ ਸਤੰਬਰ ਇਨਟੇਕ 2021 ਵਾਲੇ ਸਟੂਡੈਂਟਸ ਜਾਨੀ ਕਿ ਫਾਲ ਇਨਟੇਕ 2021 ਦੇ ਲਈ ਜਿਨ੍ਹਾਂ ਨੇ ਹਜੇ ਆਪਦੀਆਂ ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨਸ ਲਾਉਣੀਆਂ ਯਾਨੀ ਕਿ ਸਬਮਿਟ ਕਰਨੀਆਂ ਸੋ ਉਹਨਾਂ ਦੇ ਪ੍ਰੋਸੈਸਿੰਗ ਨੂੰ ਲੈ ਕੇ ਤੇ ਰਿਜ਼ਲਟ ਨੂੰ ਲੈ ਕੇ ਆਈਆਰਸੀਸੀ ਵੱਲੋਂ ਇੱਕ ਅਪਡੇਟ ਜਾਰੀ ਕੀਤਾ ਗਿਆ ਉਹ ਅਪਡੇਟ ਕੀ ਆ ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਸ ਅਪਡੇਟ ਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਕਿਹੜੇ ਸਟੂਡੈਂਟਸ ਨੂੰ ਹੋਣਾ ਖਾਸ ਕਰਕੇ ਫਾਲਨ ਟੇਕ ਵਾਲੇ ਹੀ ਹੋਣੇ ਆ ਹੋਰ ਦੂਜੇ ਇੰਟੇਕ ਵਾਲਿਆਂ ਨੂੰ ਤਾਂ ਕੋਈ ਇਹਦਾ ਫਾਇਦਾ ਹੈ ਨਹੀਂਗਾ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਸਾਨੂੰ ਫਾਲਨ ਟੇਕ 2021 ਦੇ ਲਈ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਸੋ ਜੇ ਤੁਸੀਂ ਇਹ ਵੀਡੀਓ ਮੇਰੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤਾਂ ਲਾਈਕ ਕਰ ਦਿਓ ਜੇ ਉਦੋਂ ਵੀ ਜ਼ਿਆਦਾ ਚੰਗੀ ਲੱਗਦੀ ਆ ਤਾਂ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਵੀਡੀਓ ਕਰਦੇ ਆ ਸ਼ੁਰੂ ਹਾਂਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਆਈਆਰਸੀਸੀ ਵੱਲੋਂ ਜਿਹੜਾ ਅਪਡੇਟ ਦਿੱਤਾ ਗਿਆ ਸਤੰਬਰੇ ਇਨਟੇਕ ਯਾਨੀ ਕਿ ਫਾਲ ਇਨਟੇਕ 2021 ਵਾਲੇ ਸਟੂਡੈਂਟਸ ਦੇ ਫਾਈਲ ਨੂੰ ਲੈ ਕੇ ਕਿ ਤੁਸੀਂ ਜੇ ਤੁਹਾਡੀ ਐਪਲੀਕੇਸ਼ਨ ਸਾਡੇ ਕੋਲ ਕੰਪਲੀਟ ਪਹੁੰਚਦੀ ਹੈ 15 ਮਈ 2021 ਤੱਕ ਤੇ ਉਹਨਾਂ ਦੇ ਰਿਜ਼ਲਟ ਤੁਹਾਨੂੰ 6 ਅਗਸਤ 2021 ਤੱਕ ਮਿਲ ਸਕਦੇ ਆ ਮਿਲ ਜਾਣਗੇ ਆਪਾਂ ਇਹ ਕਹਿ ਸਕਦੇ ਆ ਐਜ਼ ਅ ਪਰ ਅਪਡੇਟ ਪਰ ਜੇ ਤੁਹਾਡੀ ਫਾਈਲ ਇਨਕੰਪਲੀਟ ਹੁੰਦੀ ਆ ਰੀਜ਼ਨ ਉਹਨਾਂ ਨੇ ਦਿੱਤਾ ਗਿਆ ਕਿ ਕੋਵਿਡ ਕਰਕੇ ਹੋ ਸਕਦਾ ਕਿ ਵੀਜ਼ਾ ਅਪਲੀਕੇਸ਼ਨ ਸੈਂਟਰ ਬਾਇਓਮੈਟ੍ਰਿਕ ਹੋ ਗਿਆ ਜਾਂ ਹੋਰ ਚੀਜ਼ਾਂ ਮਿਸਿੰਗ ਆ ਤਾਂ ਫਿਰ ਵੀ ਤੁਸੀਂ ਆਪਦੀ ਅਪਲੀਕੇਸ਼ਨ ਸਬਮਿਟ ਕਰਵਾ ਸਕਦੇ ਹੋ ਫਾਲ ਇਨਟੇਕ ਦੇ ਲਈ ਯਾਨੀ ਕਿ ਸਤੰਬਰ ਇਨਟੇਕ 2021 ਦੇ ਲਈ ਪਰ ਉਹਨਾਂ ਅਪਲੀਕੇਸ਼ਨਸ ਦੇ ਉੱਤੇ ਅਸੀਂ ਰਿਜ਼ਲਟ ਥੋੜਾ ਜਿਹਾ ਡਿਲੇ ਕਰਕੇ ਦੇ ਸਕਦੇ ਆ ਪ੍ਰੋਸੈਸ ਪਾਇਓਰਟੀ ਬੇਸਿਸ ਤੇ ਕੀਤੀਆਂ ਜਾਣਗੀਆਂ ਸਾਰਾ ਕੁਝ ਕੀਤਾ ਜਾਊਗਾ ਬਟ ਹੋ ਸਕਦਾ ਕਿ ਉਹਨਾਂ ਦੇ ਰਿਜ਼ਲਟ ਥੋੜਾ ਜਿਹੜਾ ਫਾਲ ਇਨਟੇਕ ਸ਼ੁਰੂ ਹੋਊਗਾ ਉਹਦੇ ਤੋਂ ਪਹਿਲਾਂ ਤੁਹਾਨੂੰ ਨਾ ਮਿਲੇ ਜੇ ਤੁਹਾਡੀ ਐਪਲੀਕੇਸ਼ਨ 15 ਮਈ ਤੋਂ ਬਾਅਦ ਜਾਂਦੀ ਆ ਠੀਕ ਹੈ ਪ੍ਰੋਸੈਸ ਕੀਤੀਆਂ ਜਾਣਗੀਆਂ ਇਹ ਨਹੀਂ ਕਿ ਪ੍ਰੋਸੈਸ ਨਹੀਂ ਕੀਤੀਆਂ ਜਾਣੀਆਂ ਸਟੱਡੀ ਵੀਜ਼ਾ ਦੀਆਂ ਜਿਹੜੀਆਂ ਐਪਲੀਕੇਸ਼ਨਸ ਹੋਣਗੀਆਂ ਪਰ ਉਹਨਾਂ ਦੇ ਵਿੱਚ ਹੁਣ ਮੈਂ ਤੁਹਾਨੂੰ ਇਹ ਚੀਜ਼ ਦੱਸਦਾ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਹਾਡੀਆਂ ਕੰਪਲੀਟ ਐਪਲੀਕੇਸ਼ਨਾਂ 15 ਮਈ 2021 ਤੱਕ ਸਾਡੇ ਕੋਲੇ ਆ ਗਈਆਂ ਸਤੰਬਰ ਇਨਟੇਕ ਦੀਆਂ ਠੀਕ ਹੈ ਅਸੀਂ ਉਹਨਾਂ ਦੇ ਰਿਜ਼ਲਟ ਦੇ ਦੇਾਂਗੇ 6 ਅਗਸਤ 2021 ਤੱਕ ਪਰ ਜੇ ਤੁਹਾਡੀ ਐਪਲੀਕੇਸ਼ਨ ਜਾਨੀ ਕਿ ਕੰਪਲੀਟ ਫਾਈਲ ਨਹੀਂ ਸਬਮਿਟ ਹੁੰਦੀ ਉਹਦੇ ਵਿੱਚ ਕੁਝ ਵੀ ਮਿਸਿੰਗ ਰਹਿੰਦਾ ਉਹਨਾਂ ਨੂੰ ਤੁਸੀਂ ਸਬਮਿਟ ਕਰਾ ਸਕੋਗੇ ਬਟ ਉਹਨਾਂ ਦੇ ਉੱਤੇ ਤੁਸੀਂ ਰਿਜ਼ਲਟ ਛੇਤੀ ਤੋਂ ਛੇਤੀ ਨਹੀਂ ਲੱਭ ਸਕਦੇ ਜਾਨੀ ਕਿ ਤੁਸੀਂ ਇਹ ਸੋਚ ਲਓ ਕਿ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਫੀਸਾਂ ਜਮ੍ਹਾਂ ਕਰਾਓ ਠੀਕ ਹੈ ਆਪਦਾ ਸਾਰਾ ਕੁਝ ਕਰਾ ਕੇ ਸਾਡੇ ਕੋਲੇ ਐਪਲੀਕੇਸ਼ਨ 15 ਮਈ ਤੱਕ ਪਹੁੰਚਾ ਦਿਓ ਪੂਰੀ ਦੀ ਪੂਰੀ ਕੁਝ ਵੀ ਮਿਸਿੰਗ ਨਾ ਹੋਵੇ ਐਜ਼ ਪਰ ਐਪਲੀਕੇਸ਼ਨ ਜਿਹੜੀ ਚੈਕਲਿਸਟ ਹੁੰਦੀ ਹੈ ਸਟੱਡੀ ਵੀਜ਼ਾ ਦੀ ਕੈਨੇਡਾ ਦੇ ਸਤੇ ਸੋ ਉਹਦੇ ਪਰ ਜੇ ਤੁਸੀਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਤੀਆਂ ਤਾਂ ਤੁਹਾਨੂੰ ਰਿਜ਼ਲਟ ਮਿਲ ਸਕਦਾ 6 ਅਗਸਤ 2021 ਤੱਕ ਠੀਕ ਹੈ ਜੇ ਤੁਹਾਡੀ ਐਪਲੀਕੇਸ਼ਨ ਇਨਕੰਪਲੀਟ ਆ ਜਾਂ 15 ਮਈ ਤੋਂ ਬਾਅਦ ਸਬਮਿਟ ਹੁੰਦੀ ਪ੍ਰੋਸੈਸ ਹੋਊਗੀ ਇਹ ਨਹੀਂ ਕਿ ਪ੍ਰੋਸੈਸ ਨਹੀਂ ਹੋਊਗੀ ਬਟ ਡਿਲੇ ਹੋ ਸਕਦਾ ਉਹਦਾ ਰਿਜ਼ਲਟ ਆਉਣ ਦੇ ਵਿੱਚ ਸੋ ਹੁਣ ਇਸ ਚੀਜ਼ ਦਾ ਯਾਰ ਫਾਇਦੇ ਦੀ ਆਪਾਂ ਗੱਲ ਕਰਦੇ ਆ ਜੇ ਤੁਹਾਡੀ ਮੈਡੀਕਲ ਡਨ ਆ ਤੁਹਾਡੇ ਕੋਲੇ ਟੀਆਰਐਫ ਵਗੈਰਾ ਸਾਰਾ ਕੁਝ ਓਕੇ ਪਿਆ ਤੁਸੀਂ ਫੇਰ ਆਫਰ ਲੈਟਰ ਆਇਆ ਪਿਆ ਫੀਸ ਭਰੋ ਚੱਕੋ ਸਾਰਾ ਕੰਮ ਤੁਸੀਂ ਸਬਮਿਟ ਕਰ ਦੋ ਤੁਹਾਡੀ ਫਾਈਲ ਕੰਪਲੀਟ ਸਬਮਿਟ ਕਰ ਦਿਓ ਯਾਨੀ ਕਿ ਕੰਪਲੀਟ ਐਪਲੀਕੇਸ਼ਨ ਸਬਮਿਟ ਕਰ ਦਿਓ 15 ਮਈ ਤੋਂ ਪਹਿਲਾਂ ਜੇ ਤੁਸੀਂ ਰਿਜ਼ਲਟ ਸੂਨ ਐਜ਼ ਪੋਸੀਬਲ ਲੈਣਾ ਚਾਹੁੰਦੇ ਹੋ ਯਾਨੀ ਕਿ 6 ਅਗਸਤ ਤੱਕ ਲੈਣਾ ਚਾਹੁੰਦੇ ਹੋ ਤੁਹਾਡੇ ਫਾਲ ਇਨਟੇਕ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੈ ਇਹ ਤਾਂ ਇੱਕ ਗੱਲ ਹੋ ਗਈ ਹੁਣ ਮਸਲਾ ਇਹੀ ਆ ਗਿਆ ਕਿ ਹੁਣ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸਾਡੇ ਤੇ ਸਟੂਡੈਂਟ ਵਾਰ-ਵਾਰ ਰੋਸ ਕਰਦੇ ਆ ਕਿ ਭਾਈ ਤੁਸੀਂ ਰਿਜ਼ਲਟ ਨਹੀਂ ਦੇ ਰਹੇ ਤੁਸੀਂ ਰਿਜ਼ਲਟ ਨਹੀਂ ਦੇ ਰਹੇ ਹੁਣ ਉਹਨਾਂ ਨੇ ਬਗਾਨਿਆਂ ਨੇ ਇਹ ਅਪਡੇਟ ਦੇ ਕੇ ਇੱਕ ਚੀਜ਼ ਮਰੀਆ ਸੱਪ ਜਾਨੀ ਕਿ ਸਟੂਡੈਂਟ ਦੇ ਗੱਲ ਦੇ ਵਿੱਚ ਪਾਤਾ ਵੀ ਭਾਈ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਤੁਹਾਡੀਆਂ ਜੇ ਕੰਪਲੀਟ ਐਪਲੀਕੇਸ਼ਨ ਹੋਣੀਆਂ ਤਾਂ ਤੁਹਾਨੂੰ ਰਿਜ਼ਲਟ ਐਦੋਂ ਤੱਕ ਮਿਲ ਜੂਗਾ ਜੇ ਕੋਈ ਵੀ ਚੀਜ਼ ਮਿਸਿੰਗ ਹੋਈ ਕਿਸੇ ਕਾਰਨਵੰਸ਼ ਕੋਵਿਡ ਦਾ ਕਰਕੇ ਤਾਂ ਫਿਰ ਤੁਸੀਂ ਇਹ ਸਾਡੇ ਤੇ ਬਲੇਮ ਨਹੀਂ ਕਰ ਸਕਦੇ ਵੀ ਭਾਈ ਸਾਨੂੰ ਹੁਣੇ ਰਿਜ਼ਲਟ ਦੋ ਸੋ ਸਮਝ ਗਏ ਠੀਕ ਹੈ ਵੀ ਅਗਲਿਆਂ ਨੇ ਆਪ ਦੀ ਸਰਦਰਦੀ ਕਲੀਅਰ ਕਰਕੇ ਦੂਜੇ ਪਾਸੇ ਰੱਖਤੀ ਆ ਕਿ ਹਾਂ ਆ ਚੀਜ਼ ਤੁਸੀਂ ਕਰ ਲਓ ਠੀਕ ਹੈ ਇਹ ਹੁਣ ਤੁਹਾਡੀ ਚੋਇਸ ਆ ਕਿ ਤੁਸੀਂ ਕੀ ਸੋਚਦੇ ਹੋ ਹੁਣ ਬਹੁਤਿਆਂ ਨੇ ਇਹ ਚੀਜ਼ ਸੋਚਣੀ ਆ ਕਿ ਇਹ ਤਾਂ ਕੰਮ ਔਖਾ ਹੋ ਗਿਆ ਸੀ 15 ਮਈ ਤੱਕ ਕਿਵੇਂ ਕਰਾਂਗੇ ਜੇ ਤੁਹਾਡੇ ਕੋਲੇ ਆਫਰ ਲੈਟਰ ਆਇਆ ਪਿਆ ਤੁਸੀਂ ਬਾਇਓਮੈਟ੍ਰਿਕ ਆਸਤੇ ਸਾਰਾ ਕੁਝ ਓਕੇ ਮੈਡੀਕਲ ਮੂਡੀਕਲ ਕਰਾ ਕੇ ਸਾਰਾ ਕੁਝ ਚੈੱਕ ਦਾ ਕੰਮ ਠੀਕ ਹੈ ਤਾਂ ਫੇਰ ਤਾਂ ਗੱਲਬਾਤ ਤੁਹਾਨੂੰ ਲੱਗਦਾ ਕਿ ਤੁਸੀਂ 15 ਮਈ ਤੱਕ ਕਰਾ ਸਕਦੇ ਹੋ ਠੀਕ ਹੈ ਉਹਨਾਂ ਤੱਕ ਪਹੁੰਚਦੀ ਕਰਨੀ ਆ 15 ਮਈ ਤੱਕ ਠੀਕ ਹੈ ਰਾਤ ਦੇ 12 ਵਜੇ ਤੱਕ ਜਿਹੜੇ 16 ਨਹੀਂ ਚੜਨ ਦੇਣੀ 15 ਤੱਕ 15 ਦੀ ਰਾਤ ਦੇ 11 ਵਜੇ 98 ਪੀਐਮ ਤੱਕ ਤੁਸੀਂ ਸਬਮਿਟ ਕਰ ਸਕਦੇ ਹੋ ਤਾਂ ਤੁਹਾਡਾ ਰਿਜ਼ਲਟ ਆ ਜਾਊਗਾ ਸਤੰਬਰਿੰਟ 1 ਦੇ ਲਈ ਹੁਣ ਮਸਲਾ ਇਹ ਆ ਗਿਆ ਕਿ ਹੁਣ ਕਈਆਂ ਨੇ ਚੱਕ ਚਕਾ ਕੇ ਫੀਸਾਂ ਭਰਨੀਆਂ ਸਾਰਾ ਕੁਝ ਚੱਕ ਚਕਾ ਕੇ ਕਰਨਾ ਜੇ ਤੁਹਾਨੂੰ ਇਹ ਟੈਨਸ਼ਨ ਜੀ ਹੈਗੀ ਆ ਤਾਂ ਫਿਰ ਰਾਮ ਨਾਲ ਹੀ ਸਾਰਾ ਕੁਝ ਕਰ ਲਓ ਠੀਕ ਹੈ ਕਾਲੀ ਕਰਨ ਦੀ ਤਾਂ ਕੋਈ ਜ਼ਰੂਰਤ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਕਾਲੀ ਕਰੋਗੇ ਤਾਂ ਤੁਹਾਨੂੰ ਫਾਇਦਾ ਮਿਲ ਜੂਗਾ ਜੇ ਤੁਹਾਡੇ ਕੋਲ ਸਾਰਾ ਕੁਝ ਓਕੇ ਪਿਆ ਤੇ ਚੱਕ ਦਿਓ ਕੰਮ ਠੀਕ ਹੈ ਤੇ ਅੱਗੇ ਵਧੋ ਬਾਕੀ ਹੁਣ ਆਪਾਂ ਇੱਕ ਚੀਜ਼ ਦੇਖਿਆ ਜਾਵੇ ਮੈਨੂੰ ਜਿੱਥੋਂ ਤੱਕ ਇਹ ਚੀਜ਼ ਦਾ ਲੱਗਦਾ ਹੈ ਪੈਸੇ ਆਈ ਜਾਣ ਸਾਡੇ ਕੋਲੇ ਸਟੂਡੈਂਟ ਪਾਵਾਂ ਆਵੇ ਨਾ ਆਵੇ ਅਸੀਂ ਉਹਦੇ ਤੋਂ ਕੋਈ ਲੈਣਾ ਦੇਣਾ ਨਹੀਂ ਆ ਤੁਸੀਂ ਇਸ ਗੱਲ ਨੂੰ ਸਮਝਦੇ ਆ ਫਲਾਈਟਾਂ ਬੰਦ ਆ ਠੀਕ ਆ ਇਹ ਅਪਡੇਟ ਤੇ ਅਪਡੇਟ ਚੱਕੀ ਆਉਂਦੇ ਆ ਠੀਕ ਆ ਸਾਰਾ ਕੁਝ ਚੱਕੀ ਆਉਂਦੇ ਆ ਇਹਨਾਂ ਨੂੰ ਹੁਣ ਕਮਾਈ ਕਿੱਥੋਂ ਹੋਣੀ ਆ ਸਟੂਡੈਂਟ ਵੀਜ਼ਾ ਤੋਂ ਹੀ ਕਮਾਈ ਹੁੰਦੀ ਆ ਤੁਹਾਨੂੰ ਵੀ ਪਤਾ ਹੀ ਆਬਵੀਅਸਲੀ ਗੱਲ ਆ ਠੀਕ ਆ ਤੁਹਾਨੂੰ ਵੀ ਪਤਾ ਹੀ ਆ ਬਈ ਇਹਨਾਂ ਨੂੰ ਕਮਾਈ ਕਿੱਥੋਂ ਹੁੰਦੀ ਆ ਸੋ ਜੇ ਆਪਾਂ ਗੱਲ ਕਰਦੇ ਆ ਇਹ ਸਾਰੀਆਂ ਚੀਜ਼ਾਂ ਦੀ ਤਾਂ ਮੈਨੂੰ ਇਹ ਲੱਗਦਾ ਕਿ ਕੁਝ ਚੀਜ਼ਾਂ ਆਪਦੇ ਫਾਇਦੇ ਲਈ ਵੀ ਕੀਤੀਆਂ ਜਾਂਦੀਆਂ ਠੀਕ ਹੈ ਬਾਕੀ ਮੇਰੇ ਆਪਦੀ ਨੀਜੀ ਵਰਡ ਆ ਠੀਕ ਹੈ ਮੈਂ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਇਸ ਕਰਕੇ ਰੱਖ ਰਿਹਾ ਕਿ ਜੇ ਤੁਸੀਂ ਚੱਕ ਚਕਾ ਕੇ ਸਾਰਾ ਕੁਝ ਕਰਨਾ ਤਾਂ ਫਿਰ ਜਨਵਰੀ ਇਨਟੇਕ 2022 ਤੁਹਾਡੇ ਲਈ ਹੈਗਾ ਹੀ ਆ ਉਦੋਂ ਤੱਕ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਉਦੋਂ ਤੱਕ ਵੇਟ ਕਰ ਲਓ ਜੇ ਤੁਹਾਨੂੰ ਲੱਗ ਰਿਹਾ ਕਿ ਕੰਮ ਉੱਤੇ ਆ ਸਾਰਾ ਕੁਝ ਓਕੇ ਆ ਸੋ ਤੁਸੀਂ ਫਿਰ ਸਤੰਬਰ ਇਨਟੇਕ 2021 ਦੇ ਲਈ ਆ ਜਾਓ ਕੋਈ ਚੱਕਰ ਨਹੀਂ ਆ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਸਿਰਫ ਇੱਕ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਯਾਰ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਹਾਂ ਫਲਾਨਾ ਤੁਹਾਨੂੰ ਆਹ ਚੀਜ਼ ਤੁਹਾਨੂੰ ਅੱਗੇ ਥੋੜੇ ਰੱਖਿਆ ਸੀ ਤੁਸੀਂ ਇਹ ਚੀਜ਼ ਸੁਣੀ ਆ ਪੜ੍ਹੀ ਆ ਠੀਕ ਆ ਅਸੀਂ ਹੁਣ ਇਸ ਪਾਲਿਸੀ ਦੇ ਨਾਲ ਚੱਲਣਾ ਕੱਲ ਨੂੰ ਤੁਸੀਂ ਰੌਲਾ ਨਹੀਂ ਪਾ ਸਕਦੇ ਹੁਣ ਤਾਂ ਅਸੀਂ ਆਈਆਰਸੀਸੀ ਦੇ ਜਾਨੀ ਕਿ ਟਵਿੱਟਰ ਹੈਂਡਲ ਤੇ ਜਾ ਕੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਹੇ ਹਾਂ ਕਿ ਸਾਡਾ ਰਿਜ਼ਲਟ ਨਹੀਂ ਆ ਰਿਹਾ ਉਹ ਨਹੀਂ ਆ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਤੇ ਉਹਨਾਂ ਨੇ ਇੱਕ ਕਲੀਅਰ ਕਰਤਾ ਹੁਣ ਤੁਸੀਂ ਡਿਸਾਈਡ ਕਰਨਾ ਕਿ ਸਤੰਬਰ ਇਨਟੇਕ ਦੇ ਲਈ ਜੇ ਤੁਹਾਡੀ ਕੰਪਲੀਟ ਐਪਲੀਕੇਸ਼ਨ ਸਾਰਾ ਕੁਝ ਓਕੇ ਤਾਂ ਤੁਸੀਂ ਜਾਓ ਰਦਰ ਦੈਨ ਫਿਰ ਤੁਸੀਂ ਰਾਮ ਨਾਲ ਹੀ ਸਾਰਾ ਕੁਝ ਕਰੋ ਅੱਡੀਆਂ ਚੱਕ ਕੇ ਫਾਹ ਲੈਣ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਫਾਇਦਾ ਹੈਗਾ ਠੀਕ ਹੈ ਬਾਕੀ ਤੁਸੀਂ ਹੁਣ ਡਿਸਾਈਡ ਕਰ ਲਓ ਰਮਨ ਨਾਲ ਮੈਂ ਇੱਥੇ ਇੱਕ ਗੱਲ ਕਹਿੰਦਾ ਹਾਂਗਾ ਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਨੂੰ ਇਹ ਲੱਗਦਾ ਕਿ ਜਿੱਦਾਂ ਦੇ ਕੋਵਿਡ ਦੇ ਹਾਲਾਤ ਆ ਠੀਕ ਆ ਤੁਸੀਂ ਜਨਵਰੀ ਇਨਟੇਕ 2022 ਦਾ ਵੀ ਜਿਹੜਾ ਆਫਰ ਲੈਟਰ ਲੈ ਕੇ ਰੱਖ ਲਓ ਰਾਮ ਨਾਲ ਜੇ ਤੁਹਾਨੂੰ ਲੱਗਦਾ ਕਿ ਸਤੰਬਰ ਦੇ ਵਿੱਚ ਹੁੰਦਾ ਤਾਂ ਕਰਾ ਲਓ ਜੇ ਨਹੀਂ ਹੁੰਦਾ ਤਾਂ ਫਿਰ ਡੈਫਰਮੈਂਟ ਦਾ ਵੀ ਸੋਚ ਕੇ ਹੀ ਰੱਖਿਓ ਸੋ ਇਹਨਾਂ ਚੀਜ਼ਾਂ ਨੂੰ ਸਾਰਾ ਕੁਝ ਆਪਦੇ ਦਿਮਾਗ 'ਚ ਰੱਖ ਕੇ ਫਿਰ ਤੁਸੀਂ ਇਸ ਡਿਸੀਜਨ ਤੇ ਪਹੁੰਚਣਾ ਵੀ ਅਸੀਂ ਹੁਣ ਕਰਨਾ ਕੀ ਆ ਕਿਉਂਕਿ 에ਜੈਂਟਾਂ ਨੇ ਤੁਹਾਨੂੰ ਬਹੁਤ ਕੁਝ ਕਹਿਣਾ ਵੀ ਆਜੋ ਚੱਕ ਲੋ ਨਾਪ ਲੋ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਚੱਕ ਲੋ 15 ਮਈ ਤੱਕ ਚੱਕ ਦੀਏ ਚੱਕ ਦੀਏ ਰਿਜ਼ਲਟ ਆਜੂਗਾ ਦੈਟਸ ਗੁੱਡ ਠੀਕ ਹੈ ਜੇ ਤੁਸੀਂ ਉਸ ਚੀਜ਼ ਦੇ ਵਿੱਚ ਐਲੀਜੀਬਲ ਹੈਗੇ ਹੋ ਸਾਰਾ ਕੁਝ ਕਰ ਸਕਦੇ ਹੋ ਤਾਂ ਕਰੋ ਪਰ ਆਪ ਦੇ ਮਾਪਿਓ ਦੇ ਹਿੱਕ ਤੇ ਗੋਡਾ ਰੱਖ ਕੇ ਫੀਸ ਕਢਾਉਣ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਸੋ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਸਾਰਾ ਕੁਝ ਹੋ ਸਕਦਾ ਸੋ ਇਸ ਚੀਜ਼ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਦਾਂ ਉਹ ਚੀਜ਼ ਕਰ ਲਓ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਅਪਡੇਟ ਆਉਂਦਾ ਜਾਂ ਕੋਈ ਵੀ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ ਬਾਕੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਠੀਕ ਹੈ ਕਿਉਂਕਿ ਹੁਣ ਇਸ ਟਾਈਮ ਕੈਨੇਡਾ ਦੇ ਵਿੱਚ ਜਿਹੜੇ ਆਪਾਂ ਲਾਕਡਾਊਨ ਦੀ ਗੱਲ ਕਰਦੇ ਆਂ Ontario ਦੇ ਵਿੱਚ ਤਾਂ ਤੁਹਾਨੂੰ ਆਲਮੋਸਟ ਪਤਾ ਹੈ ਕਿ ਲਾਕਡਾਊਨ ਹੈਗਾ ਹੀ ਹੈਗਾ ਸਟ੍ਰਿਕਟਡ ਆ ਸਾਰਾ ਕੁਝ ਬਾਕੀ ਜੇ ਤੁਸੀਂ ਆਉਣਾ ਚਾਹੁੰਦੇ ਹੋ ਠੀਕ ਹੈ ਫਲਾਈਟਾਂ ਖੁੱਲਣੀਆਂ ਹਜੇ ਫਲਾਈਟਾਂ ਦਾ ਵੀ ਕੋਈ ਅਪਡੇਟ ਨਹੀਂ ਆਇਆ ਠੀਕ ਹੈ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਮੱਦੇ ਨਜ਼ਰ ਰੱਖ ਕੇ ਤੁਸੀਂ ਡਿਸੀਜਨ ਲਿਆ ਕਰੋ ਕਿ ਅਸੀਂ ਆਹ ਕਰਾਂਗੇ ਤਾਂ ਸਾਨੂੰ ਆਹ ਫਾਇਦਾ ਮਿਲਣਾ ਜੇ ਅਸੀਂ ਆਹ ਕਰਾਂਗੇ ਤਾਂ ਸਾਨੂੰ ਆਹ ਫਾਇਦਾ ਮਿਲਣਾ ਆਧੀਆਂ ਅਧੂਰੀਆਂ ਜਾਣਕਾਰੀਆਂ ਦੇ ਉੱਤੇ ਨਿਰਭਰ ਹੋ ਕੇ ਕੰਸਲਟੈਂਟ ਕਿਉਂਕਿ ਹਰੇਕ ਕੰਸਲਟੈਂਟ ਨੂੰ ਥੋੜਾ ਬੈਨੀਫਿਟ ਮਿਲਣਾ ਜੇ ਤੁਸੀਂ ਉਹਨਾਂ ਦੇ ਥਰੂ ਆਉਨੇ ਆ ਸਾਰਾ ਕੁਝ ਕਰਕੇ ਆਉਣੇ ਤਾਂ ਕਮਿਸ਼ਨ ਆਬਵੀ ਠੀਕ ਹੈ ਸੋ ਕਮਿਸ਼ਨ ਦੇ ਮਾਰੇ ਤਾਂ ਤੁਹਾਨੂੰ ਪਤਾ ਪੈਸਿਆਂ ਦੇ ਮਾਰੇ ਤਾਂ ਬੰਦਾ ਬੰਦੇ ਨੂੰ ਮਾਰ ਰਿਹਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਸੋ ਜਿੱਦਾਂ ਵੀ ਚੰਗਾ ਲੱਗਦਾ ਤੁਸੀਂ ਆਪਦੇ ਹਿਸਾਬ ਨਾਲ ਸੈੱਟ ਕਰ ਲਓ ਆਪਦੇ ਪਰਿਵਾਰ ਦੇ ਹਿਸਾਬ ਨਾਲ ਇਨਾ ਹੋਵੇ ਕਿ ਤੁਸੀਂ ਸਾਰਾ ਕੁਝ ਕਰ ਵੀ ਲਾਉ ਤੇ ਤੁਹਾਨੂੰ ਦਿੱਕਤ ਆਵੇ ਮੈਂ ਇਦਾਂ ਨਹੀਂ ਚਾਹੁੰਦਾ ਕਿ ਕਿਸੇ ਦਾ ਮਾਂ ਪਿਓ ਦੁਖੀ ਹੋਵੇ ਰੋਵੇ ਸੋ ਮੈਨੂੰ ਉਦਾਂ ਦੀਆਂ ਚੀਜ਼ਾਂ ਨਹੀਂ ਪਸੰਦ ਹੌਲੀ ਕਰ ਲਓ ਰਾਮ ਨਾਲ ਕਰ ਲਓ ਠੀਕ ਹੈ ਕੈਨੇਡਾ ਤੁਸੀਂ ਸਾਰੇ ਨਹੀਂ ਆ ਜਾਣਾ ਇਹ ਨਹੀਂ ਹੈ ਕਿ ਤੁਸੀਂ ਰਹਿ ਜਾਣਾ ਠੀਕ ਹੈ ਬਾਕੀ ਜੇ ਤੁਹਾਡਾ ਆਪ ਦਾ ਨੀਜ਼ੀ ਫੈਸਲਾ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਸਕਦੇ ਹੋ ਤੇ ਹੁਣ ਮੈਨੂੰ ਇਜਾਜ਼ਤ ਦਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਜੀ ਇਦਾਂ ਦੀਆਂ ਅਪਡੇਟਸ ਆਪਣੇ ਚੈਨਲ ਤੇ ਆਉਂਦੀਆਂ ਰਹਿਣੀਆਂ ਤੇ ਚੈਨਲ ਸਬਸਕ੍ਰਾਈਬ ਕਰ ਲਓ